दासा ਸਮਝਿਓ ਫਤਿਹ ਪ੍ਰਵੰਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਦਾ ਇਸ ਜੀਵਨ ਨੂੰ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਯਾਤਰਾ ਕਹਿੰਦੀ ਏ ਸਫਰ ਕਹਿੰਦੀ ਏ ਸਫਰ ਯਾਤਰਾ ਯਾਤਰਾ ਦੇਚ ਕੌਣ ਹੈ ਦੋ ਹਸਤੀਆਂ ਨੇ ਤਨ ਤੇ ਮਨ ਇਹ ਦੋਵੇਂ ਯਾਤਰਾ ਦੇ ਚਲੇ ਤਨ ਦੀ ਯਾਤਰਾ ਕਿਵੇਂ ਸ਼ੁਰੂ ਹੋਈ ਕਦੋਂ ਸ਼ੁਰੂ ਹੋਈ ਪਹਿਲੇ ਮੈਂ ਥੋੜਾ ਜਿਹਾ ਇਸ ਨੂੰ ਖੋਲਾਂ ਪਹਿਲੇ ਇਹ ਸਮਝਣਾ ਹੈ ਤਨ ਹੈ ਕੀ ਕੀ ਹੈ ਤਨ ਗੁਰਬਾਣੀ ਅਨਸਾਰ ਤਨ ਸਿਰਫ ਭੋਜਨ ਹੈ ਰੋਟੀ ਹੈ ਔਰ ਕੁਝ ਵੀ ਨਹੀਂ ਕੁਝ ਵੀ ਨਹੀਂ ਤੁਸੀਂ ਆਖੋਗੇ ਮੈਂ ਕੀ ਆਖ ਰਿਹਾ ਠੀਕ ਕਹਿ ਰਹੇਂ ਤਨ ਰੋਟੀ ਹੈ ਹੋਰ ਕੁਝ ਵੀ ਨਹੀਂ ਇਹ ਰੋਟੀ ਤੋਂ ਬਣਿਆ ਫਿਰ ਰੋਟੀ ਦੇ ਆਸਰੇ ਤੇ ਜੀਉਂਦਾ ਤੁਸੀਂ ਆਖੋਗੇ ਰੋਟੀ ਤੋਂ ਬਣਿਆ ਹਾਂ ਰੋਟੀ ਤੋਂ ਬਣਿਆ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ ਰਕਤ ਬਿੰਦ ਕਰਨਿ ਮਿਆ ਅਗਨ ਉਦਰ ਮਜਾਰ ਇੱਕ ਇੱਕ ਬੋਲ ਬੜੇ ਧਿਆਨ ਨਾਲ ਸੁਣਨਾ ਤਨ ਦੀ ਬਣਤਲ ਹੋਈ ਏ ਲਹੂ ਤੋਂ ਔਰ ਬਿੰਦ ਤੋਂ ਗੁਰਬਾਣੀ ਦਾ ਵਾਕ ਰਕਤ ਬਿੰਦ ਕਰਨ ਮਿਆ ਇਹ ਰਕਤ ਤੇ ਬਿੰਦ ਤੋਂ ਇਹਦਾ ਨਿਰਮਾਣ ਹੋਇਆ ਇਹਦੀ ਬਣਾਵਟ ਹੋਈ ਏ ਇਹ ਬਣਿਆ ਫਿਰ ਗੁਰਬਾਣੀ ਇੰਜ ਖੋਲਦੀ ਏ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਲਹੂ ਹੈ ਮਾਂ ਦਾ ਬਿੰਦ ਹੈ ਪਿਤਾ ਦਾ ਸਤਗੁਰ ਦੀ ਬਾਣੀ ਦਾ ਫਰਮਾਨ ਫਿਰ ਸਤਗੁਰ ਦੀ ਬਾਣੀ ਝ ਖੋਲਦੀ ਖੋਲੀ ਜਾਂਦੀ ਹੈ ਰਕਤ ਬਿੰਦ ਕਰਨ ਮਿਆ ਅਗਨ ਉਦਰ ਮਜਾ ਮਾਂ ਕੀ ਰਕਤ ਪਿਤਾ ਬਿੰਦ ਲਾ ਬਿੰਦ ਤੇ ਜਿੰ ਪਿੰਡ ਕੀਆ ਅਗਨ ਕੁੰਡ ਰਹਾਇ ਦਸ ਮਾਸ ਸਮਾਤਾ ਉਦਰ ਰੱਖਿਆ ਬਹੁਰ ਲਾਗੀ ਮਾਇਆ ਇਹ ਤਨ ਖੋਨ ਹੈ ਇਹ ਤਾਂ ਬਿੰਦ ਹੈ ਬਿੰਦ ਤੇ ਹੋਣ ਤੋਂ ਇਸ ਦਾ ਨਿਰਮਾਣ ਹੋਇਆ ਹੈ ਰਕਤ ਬਿੰਦ ਕਰਨਿਮਿਆ ਨਿਮਿਆ ਤੋਂ ਮੁਰਾਦ ਨਿਰਮਾਣ ਹੋਇਆ ਬਣਾਵਟ ਹੋਈਏ ਬਣਿਆ ਲਹੂ ਤੋਂ ਬਣਿਆ ਖੂਨ ਤੋਂ ਬਣਿਆ ਔਰ ਬਿੰਦ ਤੋਂ ਬਣਿਆ ਰਕਤ ਬਿੰਦ ਕਰਨੇ ਮੈਂ ਹੁਣ ਪ੍ਰਸ਼ਨ ਖੜਾ ਹੁੰਦਾ ਹੈ ਲਹੂ ਕਿਵੇਂ ਬਣਦਾ ਹੈ ਬਿੰਦ ਕਿਵੇਂ ਬਣਦਾ ਹੈ ਰੋਟੀ ਤੋਂ ਕਿਸਤੋਂ ਬਣਦਾ ਹੈ ਭੋਜਨ ਤੋਂ ਹੋਂ ਬਣਦਾ ਹੈ ਭੋਜਨ ਤੋਂ ਬਿੰਦ ਬਣਦਾ ਹੈ ਹੋਰ ਕਿਸ ਤੋਂ ਬਣਦਾ ਹੈ ਇਹ ਤਨ ਰੋਟੀ ਤੋਂ ਬਣਿਆ ਹੈ ਮੂਲ ਰੂਪ ਦੇ ਚ ਇਹ ਤਨ ਭੋਜਨ ਤੋਂ ਬਣਿਆ ਹੈ ਇੱਕ ਦਫਾ ਮੈਂ ਫਿਰ ਦੁਹਰਾਵਾਂ ਰਕਤ ਬਿੰਦ ਕਰਨੇ ਮੈਂ ਰਕਤ ਲਹੂ ਹੋਂ ਬਿੰਦ ਲਹੂ ਤੇ ਬਿੰਦ ਤੋਂ ਜੋੜ ਤੋਂ ਇਸ ਦਾ ਨਿਰਮਾਣ ਹੋਇਆ ਇਸ ਤਨ ਦੀ ਬਣਾਵਟ ਹੋਈ। ਫਿਰ ਗੁਰਬਾਣੀ ਜਿ ਖੁੱਲਦੀ ਏ ਮਾਂ ਕੀ ਰਕਤ ਪਿਤਾ ਬਿੰਦਾਰਾ। ਖੂਨ ਮਾਂ ਦਾ ਬਿੰਦ ਪਿਤਾ ਦਾ। ਫਿਰ ਗੁਰਬਾਣੀ ਜਿ ਖੁੱਲਦੀ ਹੈ ਬਿੰਦ ਤੇ ਜਿਨ ਪਿੰਡ ਕੀਆ ਅਗਨਕੁੰਡ ਰਾਇ। ਦਾ ਸਮਾਨ ਸਮਾਤਾ ਉਧਰ ਰੱਖਿਆ ਬਹੁਰ ਰਾਗੀ ਮਾਹਿਆ ਇਹਦਾ ਨਿਰਮਾਣ ਇਹਦੀ ਬਣਾਵਟ ਰਕਤ ਬਿੰਦ ਤੋਂ ਹੋਈ ਏ ਲਹੂ ਤੋਂ ਤੇ ਬਿੰਦ ਤੋਂ ਤਾਂ ਪ੍ਰਸ਼ਨ ਪੈਦਾ ਹੁੰਦਾ ਲਹੂ ਕਿਵੇਂ ਬਣਦਾ ਬਿੰਦ ਕਿਵੇਂ ਬਣਦਾ ਭੋਜਨ ਤੋਂ ਰੋਟੀ ਤੋਂ ਖੂਨ ਰੋਟੀ ਤੋਂ ਬਣਦਾ ਬਿੰਦ ਰੋਟੀ ਤੋਂ ਬਣਦਾ ਤੋ ਫਿਰ ਇੰਜ ਕਹਿ ਦੋਏ ਤਨ ਰੋਟੀ ਤੋਂ ਬਣਿਆ ਔਰ ਕਿਸ ਤੋਂ ਬਣਿਆ ਇਹ ਸ਼ਰੀਰ ਰੋਟੀ ਤੋਂ ਬਣਿਆ ਭੋਜਨ ਤੋਂ ਬਣਿਆ ਗੁਰਬਾਣੀ ਐਸਾ ਕਹਿੰਦੀ ਏ ਨਿਹਰਾ ਭੋਜਨ ਤੋਂ ਹੀ ਨਹੀਂ ਬਣਿਆ ਇਹ ਜੀਵੇਗਾ ਵੀ ਭੋਜਨ ਦੇ ਆਸਰੇ ਤੇ ਬਿਨਾ ਰੋਟੀ ਤੋਂ ਜੀ ਵੀ ਨਹੀਂ ਸਕਦਾ ਨਹੀਂ ਜੀ ਸਕਦਾ ਤਨ ਰੋਟੀ ਤੋਂ ਜਮਿਆ ਤਨ ਰੋਟੀ ਦੇ ਆਸਰੇ ਤੇ ਜੀਵੇਗਾ ਇਸ ਵਾਸਤੇ ਗੁਰਬਾਣੀ ਨੇ ਚਾਰ ਹਸਤੀਆਂ ਨੂੰ ਚਾਰ ਵਸਤੂਆਂ ਨੂੰ ਪੂਜਨੀਕ ਆਖਿਆ। ਧੰਨ ਧੰਨ ਕਰਕੇ ਆਖਿਆ ਬੜੇ ਧਿਆਨ ਨਾਲ ਸੁਣਨਾ। ਕਿਹੜੀਆਂ ਚਾਰ? ਪਾਤਸ਼ਾਹ ਕੰਨ ਨੇ ਧੰਨ ਗੋਪਾਲ ਧੰਨ ਗੁਰਦੇਵ ਧੰਨ ਅਨਾਦ ਭੁਖੇ ਕਵਲ ਟੇਕੇ ਧੰਤਾ ਦੇ ਯੋਗ ਹੈ ਗੋਪਾਲ ਪਰਮਾਤਮਾ ਪੂਜਣ ਯੋਗ ਹੈ ਫਿਰ ਮਹਾਰਾਜ ਕਹਿੰਦੇ ਨੇ ਭਗਤ ਕਬੀਰ ਜੀ ਦਾ ਇਹ ਸ਼ਬਦ ਹੈ ਧਨ ਗੋਪਾਲ ਧਨ ਗੁਰਦੇਵ ਪੂਜਣ ਯੋਗ ਹੈ ਗੁਰੂ ਜੇ ਦਾ ਸਦਕਾ ਗੋਪਾਲ ਦਾ ਪਤਾ ਚੱਲਦਾ ਹੈ ਪਰਮਾਤਮਾ ਦਾ ਪਤਾ ਚੱਲਦਾ ਹੈ ਧਨ ਗੋਪਾਲ ਧਨ ਗੁਰਦੇਵ ਧਨ ਅਨਾਦ ਬੁਖੇ ਕਵਲ ਟੇਕੇ ਧਨ ਹੈ ਰੋਟੀ ਧਨ ਹੈ ਅੰਨ ਪੇਟ ਦੇ ਚ ਪਹਿ ਜਾਏ ਤੇ ਗੁਰੂ ਵੀ ਚੰਗਾ ਲੱਗਦਾ ਹੈ ਰੱਬ ਵੀ ਚੰਗਾ ਲੱਗਦਾ ਹੈ ਤੇ ਜੇ ਪੇਟ ਦੇ ਚ ਰੋਟੀ ਨਹੀਂ ਪਈ ਨਾ ਗੁਰੂ ਚੰਗਾ ਲੱਗਦਾ ਹੈ ਨਾ ਪਰਮਾਤਮਾ ਚੰਗਾ ਲੱਗਦਾ ਧਨ ਅਨਾਦ ਧਨਤਾ ਦੇ ਯੋਗ ਹੈ ਅੰਨ ਗੁਰੂ ਅਮਰਦਾਸ ਜੀ ਨੇਵੇਂ ਨਹੀਂ ਕਹਿ ਦਿੱਤਾ ਸੀ ਪਹਿਲੇ ਪੰਗਤ ਬਾਛੇ ਸੰਗਤ ਪਤਾ ਹੈ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ ਐਸਾ ਕਿਉਂ ਕਹਿ ਦਿੱਤਾ ਦਰਸਲ ਦੂਰ ਦੂਰ ਤੋਂ ਲੋਕੀ ਪੈਦਲ ਆਉਂਦੇ ਸਨ 10 ਮੀਲ ਤੋਂ 20 ਮੀਲ ਤੋਂ 30 ਮੀਲ ਤੱਕ ਕੋਈ ਘੋੜਿਆਂ ਤੇ ਅਸਵਾਰ ਕੋਈ ਉੱਠਾਂ ਤੇ ਅਸਵਾਰ ਵਿਚਾਰੇ ਕੁਝ ਪੈਦਲ ਕੋਈ ਇਸ ਤੋਂ ਵੀ ਲੰਬੀ ਯਾਤਰਾ ਤੋਂ ਆਉਂਦੇ ਸਨ ਰਸਤੇ ਦੇ ਚ ਹੋਟਲ ਮੋਟਲ ਰੈਸਟੋਰੈਂਟ ਡਾਬੇ ਨਹੀਂ ਹੁੰਦੇ ਸਨ ਕਿਦਰੇ ਕਿਦਰਾਂ ਕੋਈ ਸਰਾਂ ਦੇਚ ਕਿਸੇ ਧਰਮਸ਼ਾਲਾ ਥੋੜਾ ਬਹੁਤ ਕਿਦਰਿਆਂ ਨਾ ਪਾਣੀ ਦਾ ਇੰਤਜ਼ਾਮ ਹੋਵੇ ਤੇ ਹੋਵੇ ਨਹੀਂ ਤੇ ਅਕਸਰ ਲੋਕੀ ਪੋਜੇ ਛੋਲੇ ਨਾਲ ਚੁੱਕਦੇ ਹੁੰਦੇ ਸਨ ਜਾਂ ਫਿਰ ਪਿੰਨੀਆਂ ਬਣਾ ਲੈਂਦੇ ਸਨ ਘਿਉ ਦੀਆਂ ਉਹ ਕਈ ਕਈ ਦਿਨ ਰਸਤੇ ਛੱਕਦੇ ਸਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਨਿਯਮ ਬਣਾ ਦਿੱਤਾ ਥੱਕੇ ਤਰੁਟੇ 10 ਮੀਲ 30 ਮੀਲ ਤੋਂ ਪੈਦਲ ਚੱਲ ਕੇ ਆਏ ਨੇ ਪਹਿਲੇ ਪੰਗਰ ਜਾ ਕੇ ਪਹਿਲੇ ਅਨ ਪਾਣੀ ਛਕ ਲੋ ਫਿਰ ਸੰਗਤ ਦੇ ਚ ਭੁੱਖੇ ਮਨੁੱਖ ਨੂੰ ਭੋਜਨ ਯਾਦ ਆਉਂਦਾ ਹੈ ਭਜਨ ਨਹੀਂ ਭੁੱਖੇ ਮਨੁੱਖ ਨੂੰ ਰੋਟੀ ਯਾਦ ਆਉਂਦੀ ਹੈ ਪ੍ਰਮਾਤਮਾ ਨਹੀਂ ਮੈਂ ਯਕੀਨ ਨਾਲ ਕਹਿੰਦਾ ਰਮਜ਼ਾਨ ਦੇ ਮਹੀਨੇ ਚ ਇੱਕ ਮਹੀਨਾ ਪੂਰਾ ਮੁਸਲਮਾਨ ਲੋਕ ਰੋਜ਼ੇ ਰੱਖਦੇ ਨੇ ਤੋ ਕਿਆ ਇਹ ਕਮੀਨਾ ਖੁਦਾ ਯਾਦ ਆਉਂਦਾ ਸਾਰਾ ਦਿਨ ਰੋਟੀ ਯਾਦ ਆਉਂਦੀ ਹੈ ਭੁੱਖੇ ਮਨੁੱਖ ਨੂੰ ਪਰਮਾਤਮਾ ਯਾਦ ਨਹੀਂ ਆ ਸਕਦਾ ਕਬੀਰ ਜੈਸੇ ਸੰਤ ਨੇ ਤੇ ਇਹ ਕਹਿ ਦਿੱਤਾ ਹੈ ਭੁੱਖੇ ਭਗਤ ਨ ਕੀਜੇ ਇਹ ਮਾਲਾ ਆਪਣੇ ਲੈ ਜਾਏ ਐ ਪਕੜ ਅਪੜੀ ਮਾਲਾ ਭੁਖਿਆਂ ਤੇਰਾ ਨਾਮ ਨਹੀਂ ਜਪਿਆ ਜਾਂਦਾ ਭੁਖੇ ਭਗਤ ਨ ਕੀਜੇ ਇਹ ਮਾਲਾ ਆਪਣੇ ਲੈ ਜਾਏ ਕੰਨ ਰੋਟੀ ਤੋਂ ਬਣਿਆ ਇਹ ਰੋਟੀ ਦੇ ਆਸਰੇ ਤੇ ਹੀ ਜ਼ਿੰਦਾ ਰਹੇਗਾ ਉਹ ਨਹੀਂ ਇਸ ਵਾਸੇ ਕਬੀਰ ਇਹਨਾਂ ਚਾਰਾਂ ਨੂੰ ਪੂਜਣ ਯੋਗ ਕਹਿੰਦੇ ਨੇ ਗੋਪਾਲ ਗੁਰੂ ਤੇ ਅੰਨ ਧਨ ਗੋਪਾਲ ਧਨ ਗੁਰudev ਧਨ ਅਨਾਦ ਬੁਖੇ ਕਵਲਟੇ ਕੇ ਧਨ ਹੋਏ ਸੰਤ ਜਿਨ ਐਸੀ ਜਾਣੇ ਕਿੰਨ ਕੋ ਮਿਲ ਬੋ ਸਰੰਗ ਪਾਣੀ ਉਹ ਸੰਤ ਜੋ ਜਨਨ ਵੀ ਧੰਤਾ ਦੇ ਯੋਗ ਨੇ ਪੂਜਣ ਯੋਗ ਨੇ ਜਿਨ੍ਹਾਂ ਨੇ ਇਹ ਜਾਣਿਆ ਕਿ ਪ੍ਰਮਾਤਮਾ ਪੂਜਣੇਕ ਹੈ ਗੁਰੂ ਪੂਜਣੇਕ ਹੈ ਅਨ ਵੀ ਪੂਜਣੇਕ ਹੈ ਇਸ ਵਾਸਤੇ ਅਨ ਦੀ ਬੇਦਵੀ ਵੀ ਪ੍ਰਮਾਤਮਾ ਦੀ ਬੇਦਵੀ ਹੈ ਇਹ ਵੀ ਮੈਂ ਅਰਜ਼ ਕਰਦੇ ਆਂ ਅੰਤ ਤਨ ਦੀ ਜ਼ਿੰਦਗੀ ਹੈ ਅਨ ਤੋਂ ਤੇ ਤਨ ਬਣਿਆ ਅਨ ਦੇ ਆਸਰੇ ਤੇ ਤਨ ਜਿੰਦਾ ਹੈ ਉਸ ਅਨ ਦਾ ਵੀ ਉਸ ਢੰਗ ਨਾਲ ਸਤਿਕਾਰ ਹੋਵੇ ਜੈਸੇ ਕਿ ਗੁਰੂ ਦਾ ਜੈਸੇ ਕਿ ਪ੍ਰਮਾਤਮਾ ਦਾ ਇਸ ਵਾਸਤੇ ਸੰਗਤ ਤੇ ਪੰਗਤ ਨੂੰ ਗੁਰੂ ਅਮਰਦਾਸ ਜੀ ਨੇ ਬਰਾਬਰੀ ਦੇ ਦਿੱਤੀ ਹੈ ਸੰਗਤ ਦੇ ਚ ਕੀ ਹੈ ਭਜਨ ਪੰਗਤ ਦੇ ਚ ਕੀ ਹੈ ਭੋਜਨ भजन मन की खुराक है भोजन तन की खुराक है बिना भोजन तो तन जिंदा नहीं रह सकता, बिना भजन तो मन सुखी नहीं रह सकता ये भी मैं अर्ज कर दिया बिना भजन तो सुख कित है मन व्याकुलता होगी चिंता होगी परेशानी होगी दुख ते संताप होगा तो मैं अर्ज करा तन रोटी है ਰੋਟੀ ਤੋਂ ਬਣਿਆ। ਖੂਨ ਤੇ ਬਿੰਦ ਤੋਂ ਬਣਿਆ, ਖੂਨ ਤੇ ਬਿੰਦ ਰੋਟੀ ਤੋਂ ਬਣਦਾ ਹੈ। ਜਦ ਤਨ ਬਣਿਆ ਰੋਟੀ ਤੋਂ ਹੈ, ਇਹ ਜੀਵੇਗਾ ਵੀ ਰੋਟੀ ਦੇ ਆਸਰੇ ਤੇ। ਤੇ ਸਾਰੀ ਜ਼ਿੰਦਗੀ ਮਨੁੱਖ ਨੂੰ ਜਿਹੜੀ ਚਿੰਤਾ ਹੁੰਦੀ ਹੈ, ਉਹ ਵੀ ਰੋਟੀ ਦੀ ਹੁੰਦੀ ਹੈ। ਕਿਉਂ? ਦੇਖੋ ਪਾਣੀ ਦੀ ਤੇ ਬਾਰਿਸ਼ ਵੀ ਹੋ ਜਾਂਦੀ ਹੈ। ਪਾਣੀ ਦੇ ਦਰਿਆ ਵੀ ਚੱਲਦੇ ਨੇ। ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਪਾਣੀ ਦੀ ਬਰਖਾ ਹੋ ਜਾਂਦੀ ਹੈ ਪਾਣੀ ਦੇ ਦਰਿਆ ਚੱਲਦੇ ਨੇ ਪਾਣੀ ਦੀਆਂ ਝੀਲਾਂ ਨੇ ਸਰੋਵਰ ਨੇ ਰੋਟੀਆਂ ਦੀ ਬਾਰਿਸ਼ ਨਹੀਂ ਹੁੰਦੀ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਲਬਣੀ ਪੈਂਦੀ ਹੈ ਕਮਾਣੀ ਪੈਂਦੀ ਹੈ ਗੁਰਬਾਣੀ ਦਾ ਇੱਕ ਹੋਰ ਵਾਕ ਵੀ ਚੇਤੇ ਰੱਖੋ ਮਨੁੱਖ ਜਿੱਥੇ ਹੈ ਉਥੇ ਰੋਟੀ ਨਹੀਂ ਹੈ ਜਿੱਥੇ ਰੋਟੀ ਹੈ ਉਥੇ ਮਨੁੱਖ ਨੂੰ ਜਾਣਾ ਪੈਂਦਾ ਬੜੇ ਧਿਆਨ ਨਾਲ ਸੁਣਨਾ ਲਬਜ਼ ਮੈਂ ਫਿਰ ਦੋਰਾਵਾ ਮਨੁੱਖ ਜਿੱਥੇ ਹੈ ਉਥੇ ਰੋਟੀ ਨਹੀਂ ਹੈ ਜਿੱਥੇ ਰੋਟੀ ਹੈ ਮਨੁੱਖ ਨੂੰ ਉਥੇ ਜਾਣਾ ਪੈਂਦਾ ਨਕ ਨਥ ਖਸਮ ਹੱਥ ਕਿਰਤ ਧਕੇ ਦੇ ਜਹਾਂ ਦਾਣੇ ਹੈ ਤਹਾਂ ਖਾਣੇ ਨਾਨਕਾ ਸਚੇ ਜਿੱਥੇ ਦਾਣੇ ਪਏ ਨੇ ਖਾਣ ਵਾਸਤੇ ਮਨੁੱਖ ਨੂੰ ਉੱਥੇ ਜਾਣਾ ਪਏਗਾ ਇਹਨੂੰ ਕਿਰਤ ਧੱਕੇ ਮਾਰੇਗੀ ਇਹਨੂੰ ਰੋਜ਼ੀ ਧੱਕੇ ਮਾਰੇਗੀ ਮੈਂ ਪੰਕਤੀਆਂ ਫਿਰ ਸੁਣਾਵਾਂ ਤੁਹਾਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਨਕ ਨਥ ਖਸਮ ਹੱਥ ਕਿਰਤ ਧੱਕੇ ਦੇ ਤੇ ਕਿਰਤ ਮਨੁੱਖ ਕਿਉਂ ਕਰਦਾ ਹੈ ਦਾਣਿਆਂ ਵਾਸਤੇ ਰੋਟੀ ਵਾਸਤੇ ਔਰ ਕਿਸ ਵਾਸਤੇ ਮੂਲ ਤੇ ਰੋਟੀ ਪਰ ਜਹਾਂ ਦਾਣੇ ਹੈ ਜਿੱਥੇ ਮਨੁੱਖ ਹੈ ਉੱਥੇ ਦਾਣੇ ਨਹੀਂ ਹੈ ਜਿੱਥੇ ਮਨੁੱਖ ਹੈ ਉੱਥੇ ਰਜ਼ਕ ਨਹੀਂ ਹੈ ਜਿੱਥੇ ਰਜ਼ਕ ਹੈ ਉੱਥੇ ਮਲਕ ਨੂੰ ਜਾਣਾ ਪੈਂਦਾ ਬੜੇ ਧਿਆਨ ਨਾਲ ਸੁਣੋ ਜਿੱਥੇ ਮਨੁੱਖ ਹੈ ਉੱਥੇ ਰੋਟੀ ਨਹੀਂ ਹੈ ਜਿੱਥੇ ਰੋਟੀ ਹੈ ਮਨੁੱਖ ਨੂੰ ਆਪਣੀ ਉਸੇ ਰੋਟੀ ਵਾਸਤੇ ਉੱਥੇ ਜਾਣਾ ਪੈਂਦਾ ਨਕ ਨਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਇਹ ਇਸ ਵਾਸੇ ਗੁਰਬਾਣੀ ਕਹਿੰਦੀ ਐ ਤੂੰ ਕਿਰਤ ਤੇ ਕਰ ਚਿੰਤਾ ਨਾ ਕਰ ਕਮ ਤੇਰਾ ਜਨਮ ਹੋਇਆ ਤੋ ਤੇਰੀ ਰੋਟੀ ਦਾ ਵੀ ਜਨਮ ਹੋਇਆ ਤੇਰਾ ਜਨਮ ਹੋਇਆ ਤੋ ਤੇਰੇ ਰਿਜ਼ਕ ਦਾ ਵੀ ਜਨਮ ਹੋਇਆ ਬਲਕੇ ਗੁਰਬਾਣੀ ਇੰਜ ਕਹਿੰਦੀ ਐ ਤੇਰਾ ਜਨਮ ਬਾਦ ਦੇ ਚੋਇਆ ਤੇਰੇ ਰਜ਼ਕ ਦਾ ਜਨਮ ਪਹਿਲੇ ਹੋਇਆ ਹੈ ਪਹਿਲੇ ਦੇਤੇ ਰਜ਼ਕ ਸੰਬਾਹ ਪਾਛੇ ਦੇਤੇ ਜੰਤ ਉਪਾਹ ਪਹਿਲੇ ਪਰਮਾਤਮਾ ਰਜ਼ਕ ਬਣਾ ਦਿੰਦਾ ਹੈ ਫਿਰ ਉਹ ਜੀਵ ਨੂੰ ਜਨਮ ਦਿੰਦਾ ਹੈ ਇਹਦੇ ਉੱਤੇ ਉਦਾਹਰਣ ਚਾਹੀਦੀ ਹੈ ਇਹਦੇ ਉੱਤੇ ਦਲੇਲ ਚਾਹੀਦੀ ਹੈ ਪ੍ਰਥਮੇ ਮੱਖਣ ਪਾਛੇ ਦੁੱਧ ਮੈਲੂ ਗੀਨੋ ਸਾਬਨ ਸੋ इनों ईरानी सूफी संत सादी ने बड़े आलमाना ढंग न खोल है बड़े ध्यान सुनना साधी कहे रोजी महुर होर तू कोई गम करना है तो कर ले, रोजी का गम ना करें गुरु नानक देव जी महाराज ऐलानिया कहते ना कर चिंत चिंता है करते तो क्यों कर दें ਤੂੰ ਉਹਦਾ ਚਿੰਤਨ ਕਰ ਤੇਰੀ ਚਿੰਤਾ ਤੇ ਰੱਬ ਕਰਦਾ ਹੀ ਹੈ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਜਿਨੇ ਇਹ ਬ੍ਰਹਿਮੰਡ ਬਣਾਇਆ ਸੰਸਾਰ ਬਣਾਇਆ ਉਹਨੋਂ ਚਿੰਤਾ ਕਰਨ ਦੇ ਹੋਰ ਉਹ ਚਿੰਤਾ ਕਰ ਰਹੇ ਮਹਾਰਾਜ ਕਹਿੰਦੇ ਤੇਰੀ ਚਿੰਤਾ ਪਰਮਾਤਮਾ ਨੂੰ ਹੈ ਤੂੰ ਉਸ ਦਾ ਚਿੰਤਨ ਕਰ ਚਿੰਤਾ ਕਰਕੇ ਉਹ ਤੇਰੇ ਨਾਲ ਜੁੜਿਆ ਹੋਇਆ ਹੈ ਚਿੰਤਨ ਕਰਕੇ ਤੋ ਉਸ ਦੇ ਨਾਲ ਜੁੜ ਜਾ ਨਾ ਕਰ ਚਿੰਤ ਚਿੰਤਾ ਹੈ ਕਰਤੇ ਸੋਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਬਦਕਿਸਮਤ ਹੈ ਉਹ ਬੰਦਾ ਜਿਹੜਾ ਕਹੇ ਰੱਬ ਤੋਂ ਇੱਕ ਪਾਸੇ ਹੋ ਮੈਂ ਆਪਣੀ ਚਿੰਤਾ ਆਪ ਕਰਾਂਗਾ ਤੱਕੇ ਖਾਏਗਾ ਦੁਖੀ ਹੋਏਗਾ ਸ਼ੇਖ ਸਾਦੀ ਕਹਿੰਦੇ ਨੇ ਗਮੇ ਰੋਜ਼ੀ ਮਖਰ ਰਜ਼ਕ ਦਾ ਗਮ ਨਾ ਕਰ ਗਮੇ ਰੋਜ਼ੀ ਮਖਰ ਮਜ਼ਨ ਔਰਾ ਕੇ ਦਫ਼ਤਰ ਰਾ ਕੇ ਪੇਸ਼ੇ ਅਸਤੇ ਫਲ ਇਜ਼ਦ ਕਲ ਕਨਲ ਪਸਤਾਨੇ ਮਾਦਰ ਰਾ ਤੈਨੂੰ ਸਮਝ ਕਿਉਂ ਨਹੀਂ ਆ ਰਹੀ ਕਿ ਮਾਂ ਦੇ ਅਸਣਾਂ ਦੇ ਚ ਦੁੱਧ ਪਹਿਲੇ ਬਣ ਗਿਆ ਸੀ ਤੇਰਾ ਜਨਮ ਬਾਦ ਦੇ ਚ ਆਇਆ ਸੀ ਰਜ਼ਕ ਪਹਿਲੇ ਤੇਰਾ ਜਨਮ ਬਾਦ ਦੇ ਚ ਆਇਆ ਸੀ ਕਿ ਪੇਸ਼ੇ ਅਸਤੇ ਫਲੈ ਜ਼ਦ ਤਫਲ ਕਹਿੰਦੇ ਨੇ ਬੱਚੇ ਕਿ ਪੇਸ਼ੇ ਅਸਤੇ ਫਲੈ ਜ਼ਦ ਕਲ ਕੋ ਨਦ ਪਸਤਾਨੇ ਮਾਦਰ ਮਾਂ ਦੇ ਅਸਣਾ ਦੇ ਚ ਦੁੱਧ ਪਹਿਲੇ ਬਣ ਗਿਆ ਤੇਰਾ ਜਨਮ ਬਾਦ ਦੇ ਚ ਆਇਆ ਤੂੰ ਰਜ਼ਕ ਤੇ ਪਹਿਲੇ ਜਨਮ ਬਾਦ ਦੇ ਚ ਐਸਾ ਕੋਈ ਜੀਵ ਨਹੀਂ ਜਿਹਦਾ ਰਜ਼ਕ ਮੌਜੂਦ ਨਹੀਂ ਪਰ ਜਿੱਥੇ ਰਜ਼ਕ ਹੈ ਉੱਥੇ ਜਾਣਾ ਪਏਗਾ ਔਰ ਜਿੱਥੇ ਰਿਜ਼ਕ ਹੈ ਉਹਨੂੰ ਲੱਭਣਾ ਵੀ ਪਏਗਾ ਕਮਾਉਣਾ ਵੀ ਪਏਗਾ। ਇਹ ਵੀ ਮੈਂ ਅਰਜ਼ ਕਰਦੇ ਆਂ। ਪ੍ਰਭੂ ਨੇ ਇਸ ਤਰ੍ਹਾਂ ਦਾ ਨਿਯਮ ਬਣਾ ਦਿੱਤਾ ਹੈ। ਈਸ਼ਵਰ ਨੇ ਇਹ ਨਿਯਮ ਬਣਾ ਦਿੱਤਾ ਹੈ। ਨਕ ਨਤ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਏ। ਸਨਾਤਨ ਮਤ ਤਿੰਨ ਦੇਵਤੇ ਮੰਨਦੀ ਏ ਬ੍ਰਹਮਾ ਵਿਸ਼ਨ ਮਹੇਸ਼। ਔਰ ਸਨਾਤਨ ਮਤ ਦੀ ਇਹ ਵਿਚਾਰਧਾਰਾ ਬ੍ਰਹਮਾ ਨੇ ਸੰਸਾਰ ਬਣਾਇਆ ਔਰ ਵਿਸ਼ਨੂੰ ਉਸ ਦੀ ਪਾਲਣਾ ਕਰਦਾ ਹੈ ਸ਼ੰਕਰ ਪਰਲੇ ਕਰ ਦਿੰਦਾ ਹੈ ਨਾਸ ਕਰ ਦਿੰਦਾ ਹੈ ਵਿਆਪਕ ਪੱਧਰ ਤੇ ਦੋ ਦੇਵਤਿਆਂ ਦੀ ਪੂਜਾ ਹੈ ਭਾਰਤ ਦੇ ਸਾਰੇ ਦੁਨੀਆ ਚ ਵਿਸ਼ਨੂੰ ਦੀ ਹੈ ਤੇ ਸ਼ਿਵ ਜੀ ਦੀ ਹੈ ਬ੍ਰਹਮੇ ਦੀ ਨਹੀਂ ਹੈ ਸਾਰੇ ਹਿੰਦੁਸਤਾਨ ਦੇ ਦੋ ਛੋਟੇ ਛੋਟੇ ਮੰਦਰ ਹੈਗੇ ਨੇ ਬ੍ਰਹਮੇ ਦੇ ਵਿਆਪਕ ਤੌਰ ਤੇ ਮੰਦਰ ਵਿਸ਼ਨੂੰ ਦੇ ਨੇ ਸ਼ਿਵ ਜੀ ਦੇ ਨੇ ਗਲੀ ਗਲੀ ਦੇ ਵਿੱਚ 24 అవਤਾਰ ਵੀ ਉਹ ਵਿਸ਼ਨੂੰ ਦੇ ਮੰਨਦੇ ਨੇ ਰਾਮ ਤੇ ਕ੍ਰਿਸ਼ਨ ਨੂੰ ਵੀ ਵਿਸ਼ਨੂੰ ਦਾ అవਤਾਰ ਮੰਨਦੇ ਨੇ ਇਹਨਾਂ ਦੋਹਾਂ ਦੀ ਪੂਜਾ ਉਸਤੀਜੇ ਦੀ ਕਿਉਂ ਨਹੀਂ ਉਸ ਨੇ ਸੰਸਾਰ ਬਣਾਇਆ ਵਿਸ਼ਨੂੰ ਪਾਲਣਾ ਕਰਦਾ ਹੈ ਸ਼ੰਕਰ ਨਾਸ ਕਰਦਾ ਹੈ ਇਸ ਮਨੋ ਵਿਗਿਆਨ ਨੂੰ ਬੜੇ ਧਿਆਨ ਨਾਲ ਸੁਣਨਾ ਮਨੁੱਖ ਦੋ ਕਾਰਨਾਂ ਕਰਕੇ ਕਿਸੇ ਦੇ ਅੱਗੇ ਝੁਕ ਸਕਦਾ ਹੈ ਜਾਂ ਤੇ ਭੈ ਦਾ ਮਾਰਿਆ ਹੋਇਆ ਜਾਂ ਲੋਭ ਦਾ ਮਾਰਿਆ ਹੋਇਆ ਇਸ ਤੋਂ ਕੁਝ ਮਿਲ ਸਕਦਾ ਹੈ ਇਸ ਵਾਸਤੇ ਝੁਕ ਰਿਹਾ ਹੈ ਇਹ ਕੁਝ ਖੋ ਸਕਦਾ ਹੈ ਇਸ ਕਰਕੇ ਝੁਕ ਸਕਦਾ ਹੈ ਜਾਂ ਤੇ ਮਨੁੱਖ ਡਰ ਕਰਕੇ ਝੁਕਦਾ ਹੈ ਜਾਂ ਲੋਭ ਕਰਕੇ ਝੁਕਦਾ ਦੋ ਹੀ ਕਾਰਨ ਨੇ ਵਿਸ਼ਨੂੰ ਦੀ ਪੂਜਾ ਇਸ ਵਾਸਤੇ ਉਹਦੇ ਨਾਲ ਲక్ష్ਮੀ ਹੈ, ਦੌਲਤ ਹੈ। ਤੇ ਉਹਦੇ ਅੱਗੋਂ ਝੁਕਦੇ ਨੇ, ਉਹਦੇ ਅੱਗੋਂ ਅਰਧਨਾ ਕਰਦੇ ਨੇ, "ਹੇ ਵਿਸ਼ਨੂੰ ਤੂੰ ਰੋਜ਼ ਸਾਡੇ ਘਰ ਆ। ਤੂੰ ਆਵੇਂਗਾ ਤੇ ਲక్ష్ਮੀ ਆਵੇਗੀ, ਦੌਲਤ ਆਵੇਗੀ।" ਵਿਸ਼ਨੂੰ ਦੀ ਪੂਜਾ। ਤੇ ਸ਼ਿਵਜੀ ਦੇ ਗਲੇ ਦੇ ਵਿੱਚ ਫਨੀਰ ਨਾਗ ਨੇ ਸੱਪ। ਉਹ ਜਿਹਦੇ ਘਰ ਦੇ ਵਿੱਚ ਜਾਂਦਾ ਉਹਦਾ ਸੱਪ ਡੰਗ ਮਾਰ ਲੈਂਦਾ, ਉਸ ਬੰਦੇ ਨੂੰ ਲੈ ਆਉਂਦਾ, ਪਰਲੇ ਕਰ ਦਿੰਦਾ। ਤੇ ਸ਼ਿਵ ਜੀ ਦੀ ਪੂਜਾ ਇੱਕ ਇਸ ਵਾਸਤੇ ਹੈ हे बाबा ਸ਼ਿਵ ਜੀ ਤੂੰ ਸਾਡੇ ਤੇ ਰਹਿਮਤ ਕਰੀ ਸਾਡਾ ਘਰ ਛੱਡ ਦੇ ਅੱਗੇ ਜਾਏ ਅੱਗੇ ਜਾਏ ਇੱਕ ਦੀ ਪੂਜਾ ਡਰ ਕਰਕੇ ਇੱਕ ਦੀ ਪੂਜਾ ਲੋਭ ਕਰਕੇ